ਬੰਦ ਪਿਆ ਦਰਵਾਜ਼ਾ ਓਏ ਫਾਟਕ ਕੋਟਕ ਪੂਰੇ ਦਾ, ਬੰਦ ਪਿਆ ਦਰਵਾਜ਼ਾ ਫਾਟਕ ਕੋਟਕ ਪੂਰੇ ਦਾ। ਰੌਲਾ ਤਾਂ ਇਹੀ ਆ ਫਾਟਕਾਂ ਦਾ ਯਾਰ, ਜਦੋਂ ਵੀ ਕੋਈ ਕੰਮ ਨਿਕਲੋ ਨਾ, ਜਦੋਂ ਕੋਈ ਬਹੁਤ ਜ਼ਰੂਰੀ ਕੰਮ ਹੁੰਦਾ ਉਦੋਂ ਦੇਖੋ ਜੀ ਫਾਟਕ। ਮੈਨੂੰ ਸਮਝ ਨਹੀਂ ਆਈ ਕਿ ਇਹਨੂੰ ਪਤਾ ਕਿਵੇਂ ਲੱਗਦਾ ਵੀ ਅਸੀਂ ਬਹੁਤ ਜ਼ਰੂਰੀ ਕੰਮ ਚੱਲੇ ਹਾਂ, ਜਿਹੜਾ ਫਾਟਕ ਬੰਦ ਕਰ ਦਿੰਦੇ ਆ। ਇਹ ਫਾਟਕ ਬੰਦ ਕਰ ਦਿੰਦਾ, ਮੈਂ ਉਹਨਾਂ 'ਚ ਗੱਲ ਕਰਕੇ ਆਉਣਾ ਵੀ ਯਾਰ ਤੁਹਾਨੂੰ ਕਿਉਂ ਪਤਾ ਲੱਗਦਾ ਰੇਲ ਗੱਡੀ ਆਉਣ ਵਾਲੀ ਆ, ਸਾਨੂੰ ਦੱਸਦਾ ਕਰੋ ਪਹਿਲਾਂ ਗੱਲ, ਦੱਸਦਾ ਕਰੋ ਵੀ ਗੱਲ ਆਉਣ ਵਾਲੀ ਕਿ ਨਹੀਂ ਆਉਣ ਵਾਲੀ। ਉਹ ਮੁੰਡਾ ਸਾਹਮਣੇ ਬੈਠਾ, ਆਪਾਂ ਜਾ ਕੇ ਮੈਂ ਗੱਲ ਕਲੀਅਰ ਕਰਾਂ ਵੀ ਇਹ ਪਤਾ ਕਿਵੇਂ ਲੱਗਦਾ ਵੀ ਗੱਡੀ ਆਉਣ ਵਾਲੀ ਹੈ। ਉਹ ਪ੍ਰਭੂ ਦੇਵ, ਫਾਟਕ ਬੰਦ ਹਰ ਵੇਲੇ, ਹੱਦ ਹੋ ਗਈ ਯਾਰ। ਉਹ ਕਹੀ ਤਾਂ ਫਾਟਕ ਖੋਲਦਾ ਕਰੋ, ਡਿਊਟੀ ਤਾਂ ਕਰਨੀ ਹੈ, ਇੰਨੀ ਡਿਊਟੀ, ਐਡੀ ਲੰਬੀ ਡਿਊਟੀ, ਬੰਦ ਬੰਦ ਬੰਦ। ਇਹ ਵੀ ਗੱਲ ਠੀਕ ਹੈ ਸਰ, ਤੁਹਾਨੂੰ ਕਿਵੇਂ ਲੱਗਦਾ ਵੀ ਯਾਰ ਟ੍ਰੇਨ ਆਉਣ ਵਾਲੀ ਹੈ? ਅੱਛਾ ਅੱਛਾ ਅੱਛਾ, ਵੀ ਗੱਲ ਦੱਸ ਵੀ ਜਦੋਂ ਤੁਸੀਂ ਫਾਟਕ ਬੰਦ ਕਰਦੇ ਹੋ ਫਿਰ ਬਹੁਤ ਮਜ਼ਾ ਆਉਂਦਾ ਹੋਣਾ ਤੁਹਾਨੂੰ, ਮਜ਼ਾ ਆਉਂਦਾ ਲੋਕ ਖੜੇ ਧੁੱਪ 'ਚ, ਤੂੰ ਫਾਟਕ ਬੰਦ ਕਰਕੇ ਨਜ਼ਾਰਾ ਲੈਣਾ। ਅੱਛਾ ਹੁਣ ਹੁਣ ਟ੍ਰੇਨ ਆਉਣ ਵਾਲੀ ਕਿ ਨਹੀਂ ਆਉਣ ਵਾਲੀ? ਕੋਈ ਆਉਣ ਵਾਲੀ ਹੈ, ਚੱਲ ਫਾਟਕ ਬੰਦ ਕਰੀਏ, ਆ ਜਾਓ। ਲੋਕ ਖੁਸ਼ ਹੋ ਜਾਣਗੇ, ਹਾਏ ਹਾਏ ਰੱਬਾ ਮੇਰਿਆ ਕੌਣਾ ਭਾਈ ਓਏ ਵੀਰੇ, ਤੇਰੇ ਦਾ ਮੈਨੂੰ ਫੋਨ ਦਾ ਪਤਾ ਨਹੀਂ ਵੀ ਕਦੋਂ ਦਾ ਮੇਰਾ ਫੋਨ ਆ ਗਿਆ, ਮੇਰਾ ਟਾਈਮ ਹੋ ਗਿਆ ਜੋਸ਼ ਕੈਂਪਸ ਦਾ ਕਰਨ ਦਾ, ਆਪਾਂ ਚੱਲੇ। ਓਕੇ ਭਾਈ ਜੀ, ਥੈਂਕ ਯੂ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਰ ਲੈ ਕੇ ਹਾਜ਼ਰ ਹਾਂ, ਫੇਵਰ ਸ਼ੋਅ ਦਾ ਨਾਮ ਹੈ ਜੀ ਜੋਸ਼ ਕੈਂਪਸ ਦਾ, ਪਹੁੰਚਿਆ ਜੀ ਕੋਟਕਪੂਰੇ ਤੇ ਮੇਰਾ ਅੱਜ ਦਾ ਕਾਲਜ ਹੈ ਜੀ ਬਾਬਾ ਫਰੀਦ ਕਾਲਜ ਆਫ ਨਰਸਿੰਗ। ਆਪਾਂ ਕਹਿੰਦਾ ਖੂਬ ਸਾਰਾ ਫਨ ਸ਼ਨ ਮਸਤੀ, ਆ ਜਾਓ। ਲੋ ਜੀ ਪਹੁੰਚ ਗਿਆ ਬਾਬਾ ਫਰੀਦ ਕਾਲਜ ਆਫ ਨਰਸਿੰਗ। ਪਤਾ ਨਰਸਾਂ ਬਹੁਤ ਸੋਹਣੀ ਸੋਹਣੀਆਂ ਔਰ ਹੈਗੀਆਂ ਵੀ ਰੰਗ ਬਿਰੰਗੀਆਂ ਨਰਸਾਂ, ਇੱਕ ਵਾਈਟ, ਗ੍ਰੀਨ, ਬਰਾਊਨ, ਪਹਿਲੀ ਵਾਰ ਦੇਖੀ ਅੰਤਰ ਦੀ ਨਰਸਾਂ। ਥੈਂਕ ਯੂ ਵੈਰੀ ਮਚ। ਐਨੀਵੇਜ਼, ਸਾਡੀ ਨਰਸਾਂ ਨੂੰ ਅੱਜ ਸਵਾਲ ਇਹ ਹੈ ਵੀ ਕਿਉਂਕਿ ਮੰਮ ਡੈਡ ਦੇ ਆਪਸ 'ਚ ਪਿਆਰ ਬਹੁਤ ਹੁੰਦਾ ਹੈ ਨਾ ਜੀ, ਉਹ ਜਿਹੜਾ ਪਿਆਰ ਹੁੰਦਾ ਅਤੇ ਤੁਹਾਨੂੰ ਪਤਾ ਬਹੁਤ ਵਧੀਆ ਪਿਆਰ ਹੁੰਦਾ, ਅਤੇ ਮੰਮੀ ਨੇ ਪਾਪਾ ਦਾ ਨਾਂ ਰੱਖਿਆ ਹੁੰਦਾ, ਪਾਪਾ ਨੇ ਮੰਮਾ ਦਾ ਨਾਂ ਰੱਖਿਆ ਹੁੰਦਾ। ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਦੇ ਮੰਮ ਡੈਡ ਨੇ ਕੀ ਨਾਂ ਰੱਖਿਆ ਹੁੰਦਾ, ਪੁੱਛੀਏ ਜੀ ਫਿਰ, ਆ ਜਾਓ ਕੰਮ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਕੀ ਕਹਿੰਦੇ ਬਾਪੂ ਜੀ, ਕੀ ਕਹਿੰਦੇ ਮੰਮੀ ਪਾਪਾ, ਮੰਮੀ ਨੂੰ ਕੀ ਕਹਿੰਦੇ ਮੰਮੀ? ਲਵਲੀ ਲਵ, ਤੇਰੀ ਲਵਲੀ ਬੋਲਦੇ ਨੀ ਜੀ, ਆਪਸ ਬੋਲਦੇ ਨੀ, ਬੋਲਦੇ ਨੀ ਤੁਸੀਂ? ਗੱਲ ਤਾਂ ਸੁਣ ਲੋ, ਡੈਡ ਮੰਮੀ ਨੂੰ ਕੁਛ ਵੀ ਕੋਈ ਸੌਂਗ ਆ ਜੇ ਉਹਦੇ 'ਚ ਕੋਈ ਨਾ ਹੋਵੇ, ਉਹ ਕਹਿੰਦੇ ਨੇ ਗੁਲਾਬੋ ਸਮਥਿੰਗ ਕੁਛ ਵੀ। ਤੁਸੀਂ ਨਾਮ ਤਾਂ ਕੋਈ ਗਾਉਂਦੇ ਨਹੀਂ ਆਂਟੀ? ਚੰਨੋ, ਆ ਤੇਰੇ ਚੰਨੋ ਆਂਟੀ। ਡੈਡੀ ਕਹਿੰਦੇ ਹੁੰਦੇ ਡਾਰਲਿੰਗ ਕੀ ਕਰਦੇ ਹੋ, ਆ ਤੇਰੇ ਤੇ ਆਂਟੀ ਆਂਟੀ ਕਹਿੰਦੇ ਹੁੰਦੇ ਆ, ਆਂਟੀ ਕਹਿੰਦੇ ਹੁੰਦੇ ਆ, ਹੈਲੋ ਕੀ ਕਰਦੇ ਹੋ ਤੁਸੀਂ, ਸੁਣਿਓ ਮਾੜੇ। ਅੱਛਾ, ਉਹ ਡਾਰਲਿੰਗ ਵਾਲੇ, ਉਹ ਹੈਲੋ ਵਾਲੇ ਆ, ਦੋਨੋਂ ਅੰਗਰੇਜ਼ੀ ਵਾਲੇ ਆ ਨਾ। ਹਾਂਜੀ, ਬਰਾਊਨ ਬਰਾਊਨ ਨਰਸੇ ਕਿੱਦਾਂ, ਕੀ ਕਹਿੰਦੇ ਹੁੰਦੇ ਅੰਕਲ ਆਂਟੀ? ਮੈਂ ਡੈਡ ਕਹਿੰਦੇ ਸਰਦਾਰ ਜੀ ਗੱਲ ਸੁਣਿਓ। ਹਾਏ ਹਾਏ, ਵੈਰੀ ਗੁੱਡ। ਮੰਮਾ ਕਹਿੰਦੇ ਨੇ ਸਾਹਿਬ ਗੱਲ ਸੁਣਿਓ। ਸਾਹਿਬ ਤੇ ਉਹ ਮੇਮ ਸਾਹਿਬ ਹੈ,
ਮਿਸਟਰ ਸੁਣਦੇ ਹੋ ਜੀ? ਹਾਂ ਮਿਸਟਰ, ਤੂੰ ਕੀ ਕਹਿੰਦੇ ਮਿਸਿਸ ਆਇਆ? ਵਾਂਸ 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 ਵਾਂਸੋ ਤੇਰੀ ਉਹ ਚੰਨੋ ਜੀ ਆ ਵਾਂਸੋ ਵੀ ਆ ਗਈ ਹੈ। ਬਸ ਮੰਮੀ ਇਹਦੇ ਕਹਿੰਦੇ ਹੁੰਦੇ ਉਹ ਸੁਣਦੇ ਹੋ, ਜੇ ਮੰਮੀ ਨਹੀਂ ਬੋਲਦੇ ਕਹਿਣਗੇ ਪਟਵਾਰ ਨੇ ਕਿੱਧਰ ਭੱਜ ਗਈ। ਪਟਵਾਰ ਨੇ ਕਿੱਧਰ ਭੱਜ ਗਈ, ਇਹ ਵੀ ਗੱਲ ਠੀਕ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਤੁਸੀਂ ਵੱਖਰੇ ਡਰੈਸਾਂ 'ਚ ਤਿਆਰ, ਕਮਾਲ ਹੋ ਗਈ। ਐਕਚੁਅਲੀ ਵੀ ਆਰ ਆਲਸੋ ਡਿਫਰੈਂਟ, ਵੀ ਆਰ ਆਲਸੋ ਡਿਫਰੈਂਟ। ਤੇ ਡੈਡੀ ਕੀ ਕਹਿੰਦੇ ਮੰਮੀ ਨੂੰ? ਮੰਮੀ ਨੂੰ ਕਹਿੰਦੇ ਨੇ ਯਾਰ ਸੁੱਖੋ ਕਹਿ ਕੇ ਬੁਲਾ, ਤੇਰੀ ਸੁੱਖੋ ਸੁੱਖੋ। ਚਲ ਮੰਮਾ ਤੇ ਪਾਪਾ ਨੇ ਇਹੀ ਕਹਿੰਦੇ ਹੁੰਦੇ ਸੁਣਿਓ ਜੀ, ਉਹ ਕਹਿੰਦੇ ਨੇ ਸੁਣੀ ਗੱਲ ਸੁਣੀ। ਅੱਛਾ ਕਿੰਨਾ ਫਰਕ ਆ ਦੇਖੋ, ਉਹ ਜੀ ਲਾਉਂਦੇ ਉਹ ਸੁਣੀ, ਉਹ ਵੀ ਜੀ ਕਹਿੰਦੇ ਵਾਲੇ ਇਹੀ ਹੁੰਦੇ ਨਾ, ਡਿਫਰੈਂਟ ਹੁੰਦੇ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਕਹਿੰਦੇ ਹੁੰਦੇ ਆਂਟੀ ਅੰਕਲ ਨੂੰ ਪਿਆਰ ਨਾਲ ਜਾਂ ਪਿਆਰ ਨਾਲ ਆਂਟੀ ਅੰਕਲ? ਮੰਮਾ ਤਾਂ ਆਈ ਕਹਿੰਦੇ ਹੁੰਦੇ, ਗੱਲ ਹੀ ਸੁਣਦੇ, ਮੇਰੀ ਗੱਲ ਸੁਣਿਓ ਆਈ ਕਰਕੇ। ਪਾਪਾ ਦਾ ਨਾਮ ਹੀ ਲੈਂਦੇ। ਪਾਪਾ ਮੰਮਾ ਦਾ ਨਾਮ ਲੈਂਦੇ? ਕੀ ਲੈਂਦੇ ਹੁੰਦੇ ਨਾਮ? ਅਨੀਤੂ। ਗੱਲ ਸੁਣੀ ਤੇਰੇ ਨੀਤੂ ਬਰੋਂਦਾ ਟੀਟੂ। ਹਾਂਜੀ ਡੈਡੀ ਤਾਂ ਵੈਸੇ ਮੰਮਾ ਨੂੰ ਕੁਛ ਬਹੁਤ ਬੁਲਾ ਕੇ ਰਾਜੀ ਨਹੀਂ, ਵੈਸੇ ਰਾਤ ਨਹੀਂ ਪੜਦੇ ਆ, ਠੀਕ ਆ, ਤੇ ਜਦੋਂ ਆਉਂਦੇ ਆ ਪੀ ਕੇ ਆਉਂਦੇ ਆ ਡੈਡੀ। ਅੱਛਾ ਕੀ ਕਹਿੰਦੇ ਹੁੰਦੇ ਫਿਰ? ਮੰਮੀ ਫਿਰ ਆ ਕੇ ਕਹਿੰਦੇ ਜਦੋਂ ਫੋਨ ਨਹੀਂ ਆਉਂਦਾ ਗਾ, ਆ ਗੱਲ ਸੁਣਿਓ ਕਿੱਥੇ ਹੋ, ਹੈਲੋ ਕਿੱਥੇ ਹੋ, ਤੂੰ ਕੀ ਲੈਣਾ? ਡੈਡੀ ਡੈਡੀ ਪੂਰੇ ਟੌਹਰ 'ਚ ਡੈਡੀ ਕਹਿੰਦੇ ਹੈਲੋ, ਹਾਂ ਆਉਣਾ ਮੈਂ। ਮੰਮੀ ਨਾ ਦੇ ਨਾ ਡੈਡੀ ਦੇ ਫੋਨ ਕੱਟਤਾ, ਮੰਮੀ ਨੇ ਕਹਿਣਾ ਆਹ ਪਾੜੀਕਾ ਤਾਂ ਮੇਰੀ ਗੱਲ ਹੀ ਨਹੀਂ ਆਉਂਦਾ ਗਾ। ਪਾੜੀਕਾ ਬੱਲਿਓ, ਕਿਉਂਕਿ ਪਾੜੀਕਾ ਦੀ ਸਮਝ ਨਹੀਂ ਆਉਂਦੀ ਕੀ ਕਹਿੰਦਾ, ਡੈਡੀ ਦੀ ਆਵਾਜ਼ ਸਮਝ ਆਉਂਦੀ, ਹੈਲੋ ਹਾਂ ਆ ਗਿਆ ਆ ਬੜੀ ਤਾਰੇ ਵਾਲੇ ਪਾ। ਹਾਂਜੀ ਪਾਪਾ ਦਾ ਮੰਮਾ ਦਾ ਨੇਮ ਹੀ ਲੈਂਦੇ ਹੁੰਦੇ ਆ। ਕੀ ਕਹਿੰਦੇ ਹੁੰਦੇ? ਰਾਣੀ। ਮੰਮਾ ਤਾਂ ਪਾਪਾ ਨੂੰ ਕਹਿੰਦੇ ਕਿ ਗੱਲ ਸੁਣਦੇ ਹੋ, ਤੇ ਪਾਪਾ ਮੰਮੀ ਨੂੰ ਵੀ ਕਹਿੰਦੇ ਕਿ ਨਾਮ ਲੈ ਲੈਂਦੇ ਆ ਜਿੰਦਰ, ਪਰ ਜਦੋਂ ਜ਼ਿਆਦਾ ਪਿਆਰ ਚੱਲ ਕਹਿੰਦੇ ਸੁਣਦੀ ਹੈ ਭਾਗਵਾਨ ਨੇ, ਫਿਰ ਭਾਗਵਾਨ ਨਾਲ ਸੁਣ ਕਹਿੰਦਾ ਮੂੰਹ ਠੀਕ ਹੈ ਅੰਕਲ ਆ ਜਾਣਾ। ਜਦੋਂ ਆਂਟੀ ਦਾ ਫੋਨ ਆਉਂਦਾ ਅੰਕਲ, ਫਿਰ ਅੰਕਲ ਫੋਨ ਕਿਵੇਂ ਚੱਕਦੇ ਹੁੰਦੇ ਆ? ਉਹ ਕੱਟ ਹੀ ਦਿੰਦੇ ਹੁੰਦੇ, ਕਹਿੰਦੇ ਮੈਂ ਹਜੇ ਨਹੀਂ ਹੈਗਾ ਇੱਥੇ, ਕਹਿੰਦੇ ਕਹਿੰਦੇ ਮੈਂ ਹੈ ਹੀ ਨਹੀਂ ਇੱਥੇ। ਇਹ ਜੀ ਸੁਣਦੇ ਹੋ ਬੋਲੇ ਹੋ, ਕਹਿੰਦੀ ਬੋਲੇ ਹੋ, ਪਤਾ ਹੀ ਨਹੀਂ ਧਿਆਨ ਨਹੀਂ ਦਿੱਤਾ ਕਦੇ। ਤੇਰੀ ਇੰਟਰਸਟ ਲਿਆ ਨਹੀਂ ਫਾਦਰ ਮਦਰ? ਨਹੀਂ ਲਿਆ ਤਾਂ। ਹਾਂ ਫਿਰ ਆਮਲੇ ਦੀ ਡੈਡੀ ਕਹਿੰਦੇ ਡੈਡੀ ਆਮਲੇ ਦੇ ਡੈਡੀ ਸੁਣਦੇ ਹੋ? ਅੱਛਾ ਮੈਂ ਕਹਿੰਦੇ ਆਮਲੇ ਦੇ ਡੈਡੀ। ਤੁਸੀਂ ਸਾਡੀ ਕੁੜੀ, ਸਾਡੀ ਕੁੜੀ ਆਹ ਪੋਇਮ ਲਿਖਦੀ ਔਰ 200 ਪੋਇਮ ਲਿਖ ਚੁੱਕੀ ਹੈ, ਵੈਰੀ ਗੁੱਡ ਯਾਰ। ਅੱਛਾ ਤੁਸੀਂ ਤਾਂ ਕਰੋ 63 ਨੰਬਰ ਦੀ ਪੋਇਮ ਸੁਣਾਓ। 63 ਉਹ ਯਾਦ ਉਹਨੂੰ? ਅੱਛਾ ਇੱਕ ਰੇਲ ਗੱਡੀ ਦੀ ਲਾਈਨ ਮੇਰੇ ਹੋਸਟਲ ਦੇ ਪਿੱਛੋਂ ਦੀ ਜਾਂਦੀ ਹੈ, ਹਾਏ ਹਾਏ, ਮੈਨੂੰ ਮੇਰੇ ਸ਼ਹਿਰ ਦੀ ਲਾਈਨ ਦਾ ਭੁਲੇਖਾ ਜਾ ਪਾਉਂਦੀ ਹੈ, ਵਾਹ ਵਾਹ, ਚਿੱਟੇ ਪੱਥਰਾਂ ਵਿੱਚ ਲਕੋਈ ਹੋਈ ਦੁੱਖਾਂ ਸੁੱਖਾਂ ਦੀ ਦਿਲ ਅੰਦਰ ਯਾਦ ਪਰੋਈ, ਜਦੋਂ ਸਵੇਰੇ ਮਾਰ ਕੇ ਆਵਾਜ਼ਾਂ ਗੱਡੀ ਮੈਨੂੰ ਜਗਾਉਂਦੀ ਹੈ, ਇੱਕ ਰੇਲ ਗੱਡੀ ਦੀ ਲਾਈਨ ਮੇਰੇ ਹੋਸਟਲ ਦੇ ਪਿੱਛੋਂ ਦੀ ਜਾਂਦੀ ਹੈ। ਕੀ ਬਾਤ, ਵੈਰੀ ਨਾਈਸ। ਕਿਸੇ ਨੂੰ ਜਵਾਬ ਨਹੀਂ ਦਿੱਤਾ। ਕੀ ਕਹਿੰਦੇ ਹੁੰਦੇ ਆਂਟੀ, ਕਹਿੰਦੇ ਹੁੰਦੇ ਅੰਕਲ ਨੂੰ? ਨਵੇਂ ਨਵੇਂ ਲੱਭਦਾ ਤਰੀਕੇ ਸੋਹਣਿਆ, ਚੰਗੇ ਨੀ ਜੋ ਕਰਦਾ ਸਲੀਕੇ ਸੋਹਣਿਆ, ਜੇ ਦਿਲ ਦਿੱਤਾ ਤੈਨੂੰ ਹਰ ਚੰਨਵੇ, ਤੂੰ ਮਿੱਠੇ ਬੋਲ ਤਾਂ ਹਰਿਆ, ਕੁੜੀ ਮਰਦੀ ਆ ਤੇਰੇ ਤੇ ਵੇ ਤੂੰ ਥੋੜਾ ਜਾ ਤਾਂ ਮਰਿਆ ਕਰ, ਕੁੜੀ ਮਰਦੀ ਆ ਤੇਰੇ ਤੇ ਵੇ ਤੂੰ ਥੋੜਾ ਜਾ ਤਾਂ ਮਰਿਆ ਕਰ, ਕੁੜੀ ਨਹੀਂ ਮਰਦੀ ਮੰਮੀ ਮਰਦੀ ਆ ਤੇਰੇ ਤੇ। ਹਾਂਜੀ ਗਾਣਾ ਗਾਣਾ ਪਾਪੇ ਦੇ। ਹਾਂਜੀ ਗਾਣਾ ਕੰਨ ਖੋਲ ਸੁਣੀ ਮੁਟਿਆਰ ਬਾਂਕੀਏ ਨਾਰੇ ਠੋਕ ਕੇ ਕਹਿਣਾ, ਮਾੜੀ ਮੌਤੋਂ ਹੈ ਬਦਖੋਹੀ ਕਰੀ ਨਾ ਉਹੀ ਮੈਂ ਡਰਦਾ ਰਹਿਣਾ, ਨਾਲ ਤੇਰੇ ਮਰ ਜਾਗੇ ਜੋ ਦਾਵਾ ਕਰਦੇ ਨੇ, ਦਾਗਾਂ ਸਾਵੇਂ ਹੋ ਜਾਂਦੇ ਨੇ ਗੈਰ ਕੁੜੇ, ਚਿੱਤ ਕਰਦਾ ਸੀਨੇ ਉੱਤੇ ਨਾ ਲਿਖਵਾ ਦੇਵਾਂ, ਡਰਦਾ ਹਾਂ ਕਿਤੇ ਛੱਡ ਨਾ ਜਾਵੀ ਪੈਰ ਕੁੜੇ। ਵਾਹ ਵਾਹ ਸ਼ੀਸ਼ਿਆ ਵਾਲਾ ਸਾਰਾ ਫਟ
ਮੈਂ ਅਕਸਰ ਕੁੜੀਆਂ ਜਿਹੜੀ ਕਾਲਜ ਵਾਲੀ ਹੁੰਦੀ ਨਾ ਜਿਹੜੀ ਐਰਾ ਖੜੀ ਹੁੰਦੀ ਨਾ ਉਹ ਗਾਣਾ ਸੁਣਾਉਂਦਾ। ਹਾਂਜੀ ਆ ਜਾਓ ਵਧੀਆ ਜੀ ਗਾਣਾ ਚੱਕਮਾ ਜਾ ਦੇਖਾ ਫਿਰ ਛੱਲੇ ਕੀਤੀਆਂ ਬਾਰਾਂ ਮਾਰਦਾ ਪੁੱਟੀਆਂ ਸ਼ਾਲਾ ਚੰਡੀਗੜ੍ਹ ਪੜ੍ਹਨ ਮੈਂ ਜਾਊਂ ਡਿਗਰੀਆਂ ਕਰਕੇ ਆਊਂ ਬਣੂ ਪਟਵਾਰੀ ਮੈਂ ਬਾਪੂ ਦੁਨੀਆ ਸਾਰੀ ਚਾਕੂ ਹੋ ਜੂ ਤੇਰੀ ਪੱਲੇ ਹੋ ਪੱਲੇ ਜੇ ਇੱਕ ਵਾਰੀ ਸ਼ਹਿਰ ਨੂੰ ਕੱਲੇ ਵੈਰੀ ਗੁੱਡ ਟੈਂਡਾ ਗੱਲ ਤੇਰੇ ਉੱਤੇ ਆਈ ਦੱਸ ਕਿਵੇਂ ਸਹਿਜਵਾ ਕੋਈ ਆਖੇ ਤੈਨੂੰ ਮਾੜਾ ਮੰਮੀ ਜੀ ਕਿੱਥੇ ਆ ਮੰਮੀ ਜੀ ਮੈਨੂੰ ਵਿਆਹ ਦੋ ਹੁਣ ਮੈਂ ਕੋਠੇ ਜਿੱਡਾ ਹੋਇਆ ਕਿਤੋਂ ਆ ਵੀ ਜਾਵੇ ਫਿਰ ਆ ਪਾ ਵੀ ਜਾਵੇ ਨਹੀਂ ਉਹ ਲੱਗਣਾ ਦਿਲ ਮੇਰਾ ਤੇਰੇ ਬਿਨਾ ਜੀਣ ਦੀ ਗੱਲ ਬੜੀ ਔਖੀ ਲੱਗਦੀ ਹੰਝੂਆਂ ਨੂੰ ਪੀਣ ਦੀ ਗੱਲ ਬੜੀ ਔਖੀ ਲੱਗਦੀ ਮੇਰੀ ਭੈਣ ਹਾਏ ਹਾਏ ਵੈਰੀ ਨਾਈਸ ਵੈਰੀ ਨਾਈਸ ਤਾੜੀ ਕੁੜੀਆਂ ਸਾਡੀਆਂ ਬਾਬਾ ਫਰੀਦ ਕਾਲਜ ਆਫ ਨਰਸਿੰਗ ਦੀ ਹੁਣ ਮੈਨੂੰ ਛੋੜ ਜੀ ਬ੍ਰੇਕ ਤੋਂ ਬਾਅਦ ਜੋਸ਼ ਕੈਂਪਸ ਦਾ ਮੇਰੇ ਜੋਸ਼ ਕੈਂਪਸ ਦਾ ਜੋਸ਼ ਬੜਾ ਜੀ ਕਿਉਂਕਿ ਅੱਜ ਅਜੇ ਕੁੜੀਆਂ ਕੁੜੀਆਂ ਦੀ ਟਗ ਆਫ ਵਾਰ ਦੇਖਦੇ ਹਾਂ ਆ ਜਿੱਤੂ ਗਿਆ ਕਿ ਉਹ ਜਿੱਤੂ ਗਈਆਂ ਦੇਖੀਏ ਫਿਰ ਆ ਜਾਓ ਸ਼ੁਰੂ ਕਰਾਂਗੇ ਤੁਹਾਡਾ ਫੇਵਰੇਟ ਪਾਰਟ ਦੈਟ ਇਜ਼ ਗੇਮਸ ਵਾਲਾ ਸੈਕਸ਼ਨ ਅੱਜ ਆਪਾਂ ਸ਼ੈਡਿਊਲ ਤੋਂ ਤੋੜ ਨਹੀਂ ਖੇਡਣਾ ਜੀ ਆਪਾਂ ਕੁਛ ਹੋਰ ਖੇਡਾਂਗੇ ਅੱਜ ਆਪਾਂ ਖੇਡਾਂਗੇ ਕਿ ਅੱਜ ਸਾਡੇ ਕੋਲ ਬਾਊਲ ਆ ਬਾਊਲ ਦੇ ਵਿੱਚ ਹੈਗੀਆਂ ਚਾਰ ਪਰਚੀਆਂ ਚਾਰ ਪਰਚੀਆਂ ਦੇ ਵਿੱਚ ਦੋ ਭਰੀਆਂ ਅਤੇ ਦੋ ਖਾਲੀ ਠੀਕ ਹੈ ਜੀ ਜਿਹਨੂੰ ਖਾਲੀ ਪਰਚੀ ਮਿਲੂਗੀ ਉਹਨੂੰ ਮਿਲੂਗੀ ਸਜ਼ਾ ਕੁੜੀ ਰੈਡੀ ਹੋ ਫਿਰ ਦੇਖੀ ਸੁਖਦੀਪ ਕੀ ਬਣਿਆ ਜੇ ਖਾਲੀ ਹੋਈ ਤਾਂ ਦੇਖੀ ਸੁਖਦੀਪ ਖਾਲੀ ਸੁਖਦੀਪ ਦੀ ਮੈਂ ਬਹੁਤ ਗੱਪੀ ਹਾਂ ਸੁਖਦੀਪ ਤਾਂ ਘਰ ਤੇਰੀ ਸਜ਼ਾ ਹੀ ਦਿੰਦੇ ਹਾਂ ਤੂੰ ਪੰਜ ਗੱਪ ਮਾਰ ਕੇ ਦਿਖਾ ਫਟਾਫਟ ਛੇਤੀ ਛੇਤੀ ਮਤਲਬ
ਅੱਜ ਬਹੁਤ ਠੰਡ ਆ ਹਨਾ ਦੀਦੀ? ਅੱਜ ਬਹੁਤ ਜ਼ਿਆਦਾ ਠੰਡ ਆ, ਇਸ ਲਈ ਅਸੀਂ ਬਹੁਤ ਜ਼ਿਆਦਾ ਕੜੀ ਧੁੱਪ 'ਚ ਖੜੇ ਹਾਂ। ਅੱਛਾ, ਤੇ ਮੈਂ ਬਹੁਤ ਲੰਬੀ। ਅੱਛਾ, ਮੈਂ ਬਹੁਤ ਮੋਟੀ ਵੀ ਹਾਂ, ਮੈਂ ਬਹੁਤ ਖਾਣੀ ਆ ਐਂਡ ਮੈਂ ਬਹੁਤ ਘੱਟ ਬੋਲਦੀ। ਸੱਚੀ ਗੱਪੀ ਆ ਵੀ ਇਹ। ਹਾਂਜੀ, ਹੁਣ ਤੁਹਾਡੀ ਵਾਰੀ, ਠੀਕ ਹੈ ਜੀ, ਆਓ ਫਿਰ ਛੋਟੀ ਛੋਟੀ ਬੱਚੇ ਕੋਈ ਫਟਾਫਟ। ਬਚ ਗਈ, ਬਚ ਗਈ, ਬਚ ਗਈ। ਰੋਟੀ ਕਰਨੀ ਆ, ਦੇਖਣਾ ਨੀ ਪਿੱਕ। ਕਿਹੜੀ ਕਲਾਸ 'ਚ ਹੋਗੀ? ਨਰਸਰੀ 'ਚ। ਆਪੇ ਕਹਿੰਦੇ ਨਰਸਰੀ 'ਚ। ਅੱਛਾ, ਨਰਸਰੀ 'ਚ ਬੱਚੇ ਪੀਟੀ ਕਰਦੇ ਹੁੰਦੇ ਹਨਾ, ਹੈਨਾ? ਨਹੀਂ ਕਰਦੇ ਆ, ਅਸੀਂ ਤਾਂ ਕਰਦੇ ਸੀ। ਅੱਛਾ, ਪੀਟੀ ਕਰਕੇ ਦਿਖਾਓ ਫਟਾਫਟ। 1 2 3 4 5 2 7 8 9 4 ਅਬ ਨੈਕਸਟ ਪੀਟੀ ਕਰੇਂਗੇ, ਅਬ ਨੈਕਸਟ ਪੀਟੀ ਕਰੇਂਗੇ। ਵਾਹ, ਚੱਲ 1 2 3 7 8 9 10 ਇਹ ਜੋ ਫਟਾਫਟ ਫਟਾਫਟ ਫਟ ਚੱਕੋ। ਹਾਂ, ਤਾਂ ਬਸ ਕਰ, ਦੋ ਚੱਕਣੀਆਂ ਤੂੰ ਤਾਂ। ਗੁੱਥੀ ਦੀ ਐਕਟਿੰਗ ਕਰਕੇ ਦਿਖਾਓ। ਗੁੱਥੀ ਦੀ ਇੰਟਰੋ। ਮੈਂ ਗੁੱਥੀ ਗੁੱਥੀ ਇੰਦਰੋ ਇੰਦਰੋ ਕੈਮਰਾ ਕੈਮਰਾ ਸਰ ਸਰ ਸਟੂਡੈਂਟ ਸਟੂਡੈਂਟ ਕਾਲਜ ਕਾਲਜ ਕੈਂਪਸ ਕੈਂਪਸ ਜੋਸ਼ ਜੋਸ਼ ਤੜਕਾ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਖਾਲੀ ਪਰਚੀ? ਨਹੀਂ ਨਹੀਂ, ਭਰੀ ਚੱਕੂਗੀ। ਚਲੋ ਫਟਾਫਟ ਚੱਕੋ, ਚੱਕੋ ਚੱਕੋ ਫਟਾਫਟ ਫਟਾਫਟ ਫਟਾਫਟ। ਤੁਸੀਂ ਛੋਟੇ ਬੱਚੇ ਦਾ ਕਿਵੇਂ ਦਿਖਾਓ? ਮੇਰਾ ਨਾਮ ਹੈਗਾ ਰਾਜੂ। ਆ ਅੰਕਲ ਬਹੁਤ ਗੰਦੇ ਆ। ਮੈਂ ਤੈਨੂੰ ਕੀ ਕਿਹਾ ਤਾ? ਤੁਸੀਂ ਮੈਨੂੰ ਪਾਪੀ ਨਹੀਂ ਲੈ ਕੇ ਦਿੱਤੀ। ਪਾਪੀ ਇੱਥੇ ਨਹੀਂ ਮਿਲਦੀ, ਪਾਪੀ ਕੋਟ ਕੋਟ ਟੋਡਾ ਮਿਲਦਾ। ਚੋਕਲੇਟ ਵੀ ਨਹੀਂ ਲੈ ਕੇ ਦਿੱਤੀ। ਕਿਹੜੀ ਚੋਕਲੇਟ? ਉਹ ਨਹੀਂ ਟੋਡਾ ਮਿਲਦਾ ਜੇ। ਨਾ ਟੋਡਾ ਟੋਡਾ ਮੈਂ ਲੈ ਦਿੱਤਾ। ਮੈਂ ਪਾਪੀ ਲੈਣੀ ਸੀ ਤਾਂ ਫਾਵਰਟ ਲੈਣੀ ਸੀ ਤੇ ਨਾਲੇ ਇੱਕ ਨਾ ਨਵੀਂ ਬਲੌਗ ਵੀ ਲੈਣੀ ਆ। ਫੇ ਐ ਚੱਲੇਗੀ? ਨਾ ਫੇ ਮੈਂ ਐਵੇਂ ਘੁੰਮਾ ਕੇ ਫਿਰ ਟ੍ਰੇਨ ਬਹੁਤ ਲੰਘਦੀਆਂ ਨਾ, ਤੇ ਤੁਹਾਨੂੰ ਆਦਤ ਪੈ ਗਈ ਹੋਣੀ ਦੇਖ ਦੇਖ ਕੇ, ਕਿੱਦਾਂ ਕਰਦੀ ਹੁੰਦੀਆਂ? ਮੈਂ ਬੈਠਾ ਕਿੰਨਾ ਮਾਣਾ, ਚੱਲ ਕਿੱਕ ਤਾਂ ਨੀ ਮਾਰਨੀ। ਖਾਲੀ। ਅੱਛਾ ਵੀ ਕੁੜੀ, ਸਜ਼ਾ ਕੀ ਦੀ ਇਹਨੂੰ? ਤੁਸੀਂ ਜਾਨਵਰ ਦੀ ਗੱਲ ਕਰਨੀ ਆ, ਤੁਸੀਂ ਕਿਹਦੀ ਕਿਹਦੀ ਖੜਾਈ ਹੈ ਪਹਿਲਾਂ? ਨਹੀਂ, ਪਹਿਲਾਂ ਸ਼ੇਰ, ਪਹਿਲਾਂ ਸ਼ੇਰ। ਹਾਂ, ਹੁਣ ਸ਼ੇਰ ਦੀ ਮਾਸੀ ਬਿੱਲੀ। ਬਿੱਲੀ ਲੜ ਪਈਆਂ ਬਿੱਲੀਆਂ। ਹੁਣ ਹੁਣ ਨੈਕਸਟ ਕੌਣ? ਡੌਗੀ, ਛੋਟੇ ਜਿਹੇ ਪਾਪੀ ਦੀ। ਅੱਛਾ, ਹੁਣ ਹੁਣ ਡੌਗੀ ਦੀ ਮੰਮੀ ਦੀ। ਡੌਗੀ ਦੀ ਮੰਮੀ ਹੁਣ ਪੱਪੀ ਦੇ ਪਾਪਾ ਡੌਗੀ ਦੀ। ਅੱਛਾ, ਗਧਾ ਨਹੀਂ ਨਹੀਂ ਹੁੰਦਾ ਮੈਂ। ਮੁਹੱਬਤ ਬਰਸਾ ਦੇਣਾ ਤੂੰ ਸਾਵਨ ਆਇਆ ਹੈ।
तेरे और मेरे मिलने का मौसम आया है, मोहब्बत बरसा देना तू सावन आया है, तेरे और मेरे मिलने का मौसम आया है, सबसे छुपा के तुझे सुने से लगाना है, प्यार में तेरे हद से गुजर जाना है, इतना प्यार किसी पे पहली बार आया है, बाबा फरीद कॉलेज ऑफ नर्सिंग कुड़ियों ने बहुत वधिया वधिया परफॉर्मेंस दी, बहुत वधिया एंजॉय किया, थैंक यू वेरी मच, तुम्हें शो में बहुत प्यार करते हो, पर उस तो आप देखिए कि आज फैन ऑफ द वीक कौन है जी। ਸਤਿ ਸ਼੍ਰੀ ਅਕਾਲ ਤਰਨਵੀਰ ਜੀ, ਸਾਨੂੰ ਤੁਹਾਡਾ ਪ੍ਰੋਗਰਾਮ ਜੋਸ਼ ਕੈਂਪਸ ਦਾ ਬਹੁਤ ਹੀ ਵਧੀਆ ਲੱਗਦਾ ਔਰ ਅਸੀਂ ਆਪਣੇ ਸਾਰੇ ਪਰਿਵਾਰ ਸਮੇਤ ਬੈਠ ਕੇ ਤੁਹਾਡਾ ਪ੍ਰੋਗਰਾਮ ਦੇਖਦੇ ਹਾਂ, ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਵਧੀਆ ਤੋਂ ਵਧੀਆ ਐਪੀਸੋਡ ਦਿਖਾਓਗੇ ਔਰ ਅੱਛੀ ਤੋਂ ਅੱਛੇ ਕੈਂਪਸ ਦੇ ਵਿੱਚ ਜਾ ਕੇ ਸਾਨੂੰ ਉਸ ਕੈਂਪਸ ਦਾ ਨਜ਼ਾਰਾ ਦਿਖਾਓਗੇ, ਸੋ ਬੈਸਟ ਆਫ ਲੱਕ ਫਾਰ ਯੂਰ ਫਿਊਚਰ ਐਂਡ ਥੈਂਕ ਯੂ ਵੈਰੀ ਮੱਚ। ਹਾਂਜੀ, ਅਗਰ ਤੁਸੀਂ ਤੁਹਾਡੇ ਕਾਲਜ ਯੂਨੀਵਰਸਿਟੀ ਵਿੱਚ ਆਓ, ਮੈਨੂੰ ਜ਼ਰੂਰ ਲਿਖੋ, ਜੋ ਦੈਟ ਇਜ਼ ਮੇਰਾ ਪੇਜ ਹੈ ਜੀ ਜੋਸ਼ ਕੈਂਪਸ ਦਾ, ਮੈਂ ਜ਼ਰੂਰ ਆਵਾਂਗਾ, ਪਲੀਜ਼ ਕਾਲਜ ਦਾ ਕੰਟੈਕਟ ਨੰਬਰ ਜ਼ਰੂਰ ਲਿਖ ਕੇ ਭੇਜਿਆ ਕਰੋ। ਬਾਕੀ ਗੱਲ ਹੈ ਕਿ ਇੱਦਾਂ ਜਿਹੜੀ ਮੇਜਰ ਗੱਲ ਹੈ ਜੀ ਕਿ ਥੈਂਕ ਯੂ ਫੋਰ ਲਵਿੰਗ ਮਾਈ ਸ਼ੋ, ਕੀਪ ਔਨ ਵਾਚਿੰਗ। ਇੱਕ ਦੋ ਗੇੜੇ ਮਾਰਾਂਗੇ, ਠੀਕ ਹੈ, ਆ ਜਾਓ, 1 2 3 ਗੋ, ਮੈਨੂੰ ਵਾਰੀ ਵਰਸੀ ਕੋਟੇ ਜਿੰਦਰੀ ਕੋਠੀ, ਇਹ ਚੱਲਦਾ ਬਾਬਾ ਫਰੀਦ ਗਰੁੱਪ ਆਫ। ਲਓ ਜੀ, ਇਹ ਸੀ ਸਾਡਾ ਅੱਜ ਦਾ ਕਾਲਜ, ਯਾਨੀ ਕਿ ਬਾਬਾ ਫਰੀਦ ਗਰੁੱਪ ਆਫ ਯਾਰ ਸੋਰੀ ਸ਼ਰਾਬੀ ਨੂੰ ਲੈ ਕੇ ਆਵੇ ਪਟੜੀ 'ਤੇ, ਅਤੇ ਸ਼ਰਾਬੀ ਨੂੰ ਕਵੇ ਵੀ ਹੁਣ ਤੁਰ ਕੇ ਦਿਖਾ ਪਟੜੀ 'ਤੇ, ਮੈਨੂੰ ਵਿਆਹ ਦਿਓ ਮੰਮੀ ਜੀ, ਮੈਂ ਕੋਠੀ ਜਿੱਡਾ ਹੋਇਆ। ਲਓ ਜੀ, ਸਾਡਾ ਬੋਸ ਨੇ ਸਫਲਤਾ ਲਿਆ ਬੜਾ।